الرحیم قل هو الله احد الله الصمد لم يلد ولم يولد ولم يكن له كفوا احد بسم الله الرحمن الرحیم صلی علی محمد و آل محمد صلوات بواز بلند پڑھو صلوات بواز بلند پڑھو اعوذ باللہ السميع العليم من الشيطان الرجيم بسم الله الرحمن الرحيم الصلوات الحمد لله رب العالمين صلوات و سلام علی اشرف الانبیاء والمرسلین صلوات و علی وکیلہ و وزیرہ و خلیفتہ و ابن امہ امیر المومنین بلند صلوات والا سید الجلیل دل مقدسہ طہرت المطہرہ عالم دل عاملہ صدیق دل کبریٰ المدفون سران جڑا دفن ہوئی ول مغزوبہ تجا رنج دن لٹی چٹ دیاں سید دل نسائے العالمین سین دی ذات تے اکھاں بند کر کے صلوات خط لکھبا اس ملک را کے جہاں آگئے ہیں نترائے بھینی ہمرا گئی فل قربا دیوار سکوں جو گردوں ویڑ سپائے کوئی سنگتی توں صدواں میں آ میں کواں دیے اون دی سائی دادا ماں نہیں کھاد اکبر دی شادی دا گی ای امڑی اجڑ مدینہ میں کو مدد کی دے بلوائیں دا بیس مات دا پاک ان کھاد ویچ دا سکھاد بی بی لے نب دے این کھاد دا یجب کرینہ این خط دیاں چھکڑی صدرہ ویچ میڈی کی دیئے منات سکی ایک بند ہور پڑھنا یقیناً دوسروں سو دعا کرے سو پڑھ خاتوں سائن دی غربت دا ڈرائے جلدی نال سید جدا پہنچائے بیٹھا دائی میں تھی گیاں بین غریب سیادوں دا سید پھرا میں دلک پر کس گئے ہون وقت نماز قریب آج فجر دی تیرے رس دے دو میری اترائے بھیڑا دی چاچا سید نو لکھ دا بیڑے کربلا دا جنگلے میرا بابا غریب سونا استقبال کی تنے تو شروع کراں جلسہ امامت راز امامت یا اللہ جاندہ ہے یا اے خود جاندہ ہے تیری میری بسات تو بائی دے اسائنا دے را دے چہت پاؤں پتہ نہیں کہ فلسفہ حسین دا
ਕੁਝ ਐਸੇ ਲੋਕ ਵੀ ਹਨ ਜਿਹੜੇ ਹੁਸੈਨ ਦੀ ਜ਼ਿੰਦਗੀ ਦੇ ਆਖਰੀ ਲਮਾਤ ਵਿੱਚ ਇਸ ਕਾਰਵਾਨ ਦੀ ਕਿਸ਼ਤੀ ਸਵਾਰ ਹੋਏ ਨੇ। ਇੱਕ ਦੋ ਨਾਮ ਮੈਂ ਚਾਹਵਾਂ ਚਾ ਜਨਾਬ ਸਈਦ, ਜਨਾਬ ਜ਼ੈਰ ਇਬਨ ਕੈਮ ਮੁਅਤਬਰ ਸਾਹਬੀ, ਇਮਾਮ ਜ਼ਮਾਨਾ ਸਲਾਮ ਭੇਜੇ, ਜਨਾਬ ਵਾਹਬ ਕਲਬੀ। ਸੁਣਦੇ ਰਹਿੰਦੇ ਹੋ ਇਹਦੀ ਮਾਂ ਦੇ ਨਾਂ ਕਮਰ ਆਈ, ਇਹਦੀ ਜੰਡ ਖਿੰਨ ਕੇ ਟਿੱਬੇ ਕਰਬਲਾ ਤੋਂ ਗੁਜ਼ਰੀਏ, ਇਹਨੂੰ ਹੁਸੈਨ ਅਕਲ ਮਾਰੀਏ, ਕੋਈ ਇਹ ਜਿਹੜੀਆਂ ਮੇਰੀਆਂ ਭੈਣਾਂ ਦੇ ਪਰਦੇ ਬਚਾਓ। ਕਮਰ ਅਕਲ ਮਾਰੀ, ਵਾਹ ਬੇਟਾ ਮੈਂ ਡਾਊਟ ਰੋ ਕੇ ਆਵਾਜ਼ ਮੇਰੀ ਸੁਣੀ ਹੋਈਏ, ਪਤਾ ਕਾਰੀ ਲੱਕੋ ਤੱਕ ਸਰਾ ਵਿੱਚ ਕੱਲਾ ਮਰੀ ਜਾਣਾ ਲਗਾਉਣੇ, ਬਾਰਾਂ ਮੁਰੱਬਾ ਮੀਲ ਕਰਬਲਾ ਦੀ ਜ਼ਮੀਨ ਇਮਾਮ ਹੁਸੈਨ ਖੁਦ ਖਰੀਦੀ। ਇੱਕ ਕਿਤਾਬ ਵਿੱਚ ਇਹ ਜੋ 40 ਮੁਰੱਬਾ ਮੀਲ, ਮੇਰੀ ਤਕੀਕ ਦੇ ਮੁਤਾਬਿਕ 40 ਮੁਰੱਬਾ ਮੀਲ ਰਿਵਾਇਤ ਸੱਚੀ ਹੋ ਸਕਦੀ ਹੈ, ਇਹ ਤਕਰੀਬਾਂ ਇਸ ਵਾਸਤੇ ਸੱਚੀ ਹੋ ਸਕਦੀ ਹੈ ਕਿਉਂਕਿ ਜਿਹੜੀ 22 ਮੁਰੱਬਾ ਮੀਲ ਹੈ ਕਰਬਲਾ ਦੀ ਜ਼ਮੀਨ ਹੈ ਖਾ ਕੇ ਸ਼ਿਫਾ। ਮੇਰੇ ਇਲਾਕੇ ਦੇ ਆਜ਼ਾਦਾਰੋਂ, ਤੁਸੀਂ ਚੁੱਪ ਕਰ ਗਏ ਹੋ, ਮੇਰੇ ਤੇ ਸਵਾਲ ਕਰੋ, ਕੈਸਰ ਅਬਾਸ ਸੇ 22 ਮੁਰੱਬਾ ਮੀਲ ਕਰਬਲਾ ਦੀ ਜ਼ਮੀਨ ਖਾ ਕੇ ਸ਼ਿਫਾ ਬਣੀ ਕਿਵੇਂ? 22 ਮੁਰੱਬਾ ਮੀਲ ਚ ਹੁਸੈਨ ਦੀ ਲਾਸ਼ ਤੇ ਘੋੜੇ ਵਜਾਏ ਗਏ, ਇਸ ਵਾਸਤੇ ਖਾ ਕੇ ਸ਼ਿਫਾ ਬਣ ਗਈ। ਮਕਸਦ ਤੇ ਆਵਾਂ, ਨਾ ਸਈਦੇ ਅਬਦੁੱਲਾ ਦਾ ਪੁੱਤਰ ਏ, ਬਸਰੇ ਦਾ ਵਸਦਾ ਏ, ਖੁਸ਼ ਨਸੀਬ ਜਨਾਬ ਜੌਨ ਹੁਸੈਨ ਦਾ ਕਾਸਿਦ ਜ਼ਾਕਿਰ ਹੁਸੈਨ ਦੇ ਪੜਦੇ ਜੋ ਬਹੁ ਵੱਡੇ ਮਰਤਬੇ ਦਾ ਮਾਲਿਕ ਏ। ਤਾਰਫ ਕਰਾਉਣਾ ਚਾਹੁੰਦਾ ਜੋ ਜੌਨ ਹੈ ਕੌਣ, ਜ਼ਾਤ ਦਾ ਹਬਸ਼ੀਏ, ਰੰਗ ਦਾ ਕਾਲਾ ਏ, ਮੁਕੱਦਰ ਦਾ ਸਿਕੰਦਰ ਏ। ਜਿਹੜੇ ਜ਼ੰਜੀਰ ਜ਼ਨ ਬੈਠੇ ਹੋ, ਸਭ ਤੋਂ ਪਹਿਲੇ ਖੂਨ ਦਾ ਮਾਤਮ ਕਰਨ ਵਾਲੇ ਜਨਾਬ ਜੌਨ ਏ, ਬਾਕੀ ਜਿਤਨੇ ਹੀ ਲੋਕ ਆਏ ਨੇ ਕਰਬਲਾ ਦੇ ਮੈਦਾਨ ਚ ਹਾਬੋ ਜ਼ਰਬ ਦੇ ਜੰਗਲੀ ਬਾਸ ਪਾ ਕੇ ਆਏ ਨੇ, ਵੇ ਜਨਾਬ ਜੌਨ ਜੇ ਸਭ ਤੋਂ ਪਹਿਲੇ ਕਮੀਜ਼ ਉਤਾਰੇ ਤੇ ਕਮਰ ਨਾਲ ਬੱਧਾ, ਅੱਗੇ ਸੌ ਮੈਂ ਹੁਸੈਨ ਦੇ ਅਕਬਰ ਦੇ ਸਦਕੇ ਮਾਰੋ। ਜੈਲੇ ਹੁਸੈਨ ਬਾਦਸ਼ਾਹ ਨੂੰ ਖਾਦ ਦਿੱਤਾ ਨੇ ਖਾਤੇ ਤੇ ਬਸਰੇ ਪਹੁੰਚਾ ਜਾ, ਉਹਨਾਂ ਤੇ ਮੈਨੂੰ ਬਸਰੇ ਭਜੇਂਦੇ ਹੋ। ਹੁਸੈਨ ਦਿਨ ਤੇਰੇ ਜ਼ਹਿਨੀ ਖਿਆਲਾਤ ਸਵਰ ਪੇ ਕਰ ਦਿਨ ਜੋ ਬਸਰਾ ਕਾਫੀ ਸਫ਼ਰ ਹੈ, 45 ਕਿਲੋਮੀਟਰ ਹੈ ਕਰਬਲਾ ਤੋਂ ਬਸਰਾ। ਕੱਲ ਪੇਸ਼ੀ ਤੋਂ ਪਹਿਲੇ ਤੈਨੂੰ ਨਾਨੇ ਦੇ ਹੱਥੋਂ ਅਹੁਦੇ ਕੌਸਰ ਨਾ ਮਿਲਾਵਾਂ ਤਾਂ ਮੈਂ ਹੁਸੈਨ ਹੀ ਨਾ। ਹੁਸੈਨ ਦੇ ਪੇਸ਼ੀ ਦੀਆਂ ਅਜ਼ਾਨਾਂ ਹੋ ਗਈਆਂ, ਸ਼ਾਮ ਦੀਆਂ ਅਜ਼ਾਨਾਂ ਵਾਲੇ ਬਸਰੇ ਹੁਸੈਨ, ਸ਼ਾਮ ਦੀਆਂ ਅਜ਼ਾਨਾਂ ਮਿਲਦੀਆਂ ਪਈਆਂ ਹਨ। ਜਨਾਬ ਜੌਨ ਬਸਰੇ ਦੀ ਸਰ ਜ਼ਮੀਨ ਤੇ ਪਹਿਲਾ ਕਦਮ ਰੱਖਾ ਹੈ, ਸ਼ਮਦਾਨ ਜਲਦੇ ਡਿੱਠੇ ਨੇ, ਲੋਕਾਂ ਕੋ ਖੁਸ਼ ਵਸਤਾ ਡਿੱਠਸ। ਵਾਤਾ ਦਾ ਸਹੀ ਤੂੰ ਹੀ ਚੰਗਾ ਪਿਆ ਵਸਦਾ ਹੈ, ਖੱਤ ਦੀ ਤਲਾਈ ਤੇ ਕੁਨਾ ਦੇ ਮਹਾਜ ਬੀਬੀ ਨਾਲ ਰੋਤੀ। ਇੱਕ ਜ਼ਈਫ ਕੋਲ ਪੁੱਛਾ ਸਈਦ ਇਬਨ ਅਬਦੁੱਲਾ ਦਾ ਘਰ, ਉਹ ਆਦੇ ਤਾਂ ਸਈਦ ਢੇਰ ਸਾਰੇ ਰਾਂਦੇ ਨੇ, ਤਾਂ ਕਿਹੜੇ ਸਈਦ ਕੋ ਮਿਲਣਾ ਹੈ? ਇੱਕੋ ਸਈਦ ਹੈ ਜਿਹੜਾ ਅਬਾਸ ਦਾ ਸ਼ਗਿਰ ਦੇ ਸ਼ਾਦੀ ਹੋਣ ਹੋਈ ਹੈ, ਜਾਉਣ ਆਦਾ ਮੈਂ ਬਿਲਕੁਲ ਉਸੇ ਕੋ ਮਿਲਣਾ ਦਾ, ਉਹਦੀ ਗਲੀ ਚੜ੍ਹਦੇ ਘੋੜੇ ਤੇ ਚੜ੍ਹ ਕੇ ਗਿਆ ਕੋਈ ਨਹੀਂ। ਜਾਉਣ ਆਦਾ ਚਾਚਾ ਮੈਂ ਤੇਰੇ ਕੋਲ ਕਾਨੂੰਨ ਨਹੀਂ ਪੁੱਛਾ, ਮੈਂ ਤੇਰੇ ਕੋਲ ਸਈਦ ਦਾ ਘਰ ਪੁੱਛਾ ਹੈ। ਜਨਾਬ ਜੌਨ ਜ਼ੀਨ ਤੇ ਸਵਾਰ ਹੋ ਕੇ ਸਈਦ ਦੇ ਦਰ ਤੇ ਪਹੁੰਚਣ ਦਸਤਕ ਦਿੱਤੀ ਹੈ। ਜਨਾਬ ਸਈਦ ਬਾਹਰ ਆਏ, ਸ਼ਰੀਫਾਂ ਦੇ ਮੰਨਣ ਵਾਲਾ ਹੀ ਸਭ ਤੋਂ ਪਹਿਲੇ ਸਲਾਮ ਵਲਾਇਆ ਸੀ। ਵਾਤਾ ਦੈਬ ਦੇ ਖੁਦਾ ਤੈਂ ਬੋਰਡ ਪੜ੍ਹਾਏ, ਤੈਨੂੰ ਕਹਿ ਨਹੀਂ ਦੱਸਾਂ ਮੇਰੇ ਕਾਨੂੰਨ ਦਾ, ਮੇਰੀ ਗਲੀ ਚੜ੍ਹਦੇ ਘੋੜੇ ਤੇ ਚੜ੍ਹ ਕੇ ਆਇਆ ਕੋ ਨਹੀਂ, ਤੂੰ ਮੇਰੇ ਘਰ ਦੇ ਦਰ ਦੇ ਦੀਨ ਤੇ ਸਵਾਰ ਹੋ ਕੇ ਖੜਾ, ਇਹਦੀ ਕੋਈ ਖਾਸ ਵਜ੍ਹਾ ਹੈ? ਜੌਨ ਦੀ ਇੱਕ ਇੱਕ ਆਖੇ ਕਈ ਕਹਿ ਜਿਹੜਾ ਸਹੀ ਤੇਰੇ ਕਾਨੂੰਨ ਦਾ ਇਤਰਾਮ ਕਰਾ, ਹਾਂ ਮੇਰੇ ਕੋਲ ਵਕਤ ਬਹੁਤ ਥੋੜ੍ਹਾ ਹੈ। ਵਾਹ ਵਾਹ। ਫੌਰਨ ਦੂਜਾ ਸਵਾਲ ਜਨਾਬ ਸਹੀਦ ਕੀਤਾ, ਤੂੰ ਕੌਣ ਹੈ? ਜੌਨ ਆਦਾ ਮੈਂ ਕਾਸਿਦ ਹਾਂ। ਕਹਿੰਦਾ ਹੁਸੈਨ ਬਾਦਸ਼ਾਹ ਦਾ ਮਿੰਬਰ ਦੀ ਅਜ਼ਮਤ ਦੀ ਕਸਮ ਹੈ, ਕਦਮਾਂ ਤੇ ਹੱਥ ਲਾ ਕੇ ਆਉਂਦਾ ਮੈਂ ਮਾਫ਼ੀ ਮੰਗਦਾ, ਮੈਨੂੰ ਪਤਾ ਨਹੀਂ ਤੂੰ ਹੁਸੈਨ ਦਾ ਕਾਸਿਦ ਹੈ, ਤੂੰ ਹੁਸੈਨ ਦਾ ਕਾਸਿਦ ਹੈ ਤਾਂ ਮੈਂ ਤੇਰਾ ਨੌਕਰ ਹਾਂ। ਆਦਾ ਯਾਰ ਦੀਨ ਛੋੜ, ਤੇਰੇ ਹੋਠਾਂ ਦੀ ਖੁਸ਼ਕੀ ਤੂੰ ਪਤਾ ਲੱਗ, ਤੂੰ ਤਸਾ ਪਾਣੀ ਪੀ। ਜੌਨ ਆਦਾ ਤੂੰ ਸੱਚਾ ਹੈ, ਬਾਰ ਬਾਰ ਪਾਣੀ ਦਾ ਨਾਂ ਚਾਹੁੰਦਾ ਖੜਾ ਹੈ, ਤੈਂ ਕਰਬਲਾ ਦੇ ਦੱਸੇ ਡਿੱਠੇ ਨਹੀਂ। ਵਾਹ ਵਾਹ। ਪਾਣੀ ਉਹਦਾ ਵੀ ਸਾਂਝਾ ਦਾ ਅਲੀ ਅਕਬਰ ਪੀਤਾ, ਪਾਣੀ ਉਹਦਾ ਵੀ ਸੰਜਾ ਦਾ ਪਾਕ ਸੈਯਦ ਆ ਪੀਤਾ। ਅਦਾ ਯਾਰ ਇੱਕ ਮੇਰੇ ਤੇ ਸਾਨ ਕਰ, ਇੱਕ ਖਤ ਖੋਲ ਕੇ ਮੈਨੂੰ ਇੱਥੇ ਹੀ ਪੜ੍ਹਨ ਦੇ। ਜੌਨ ਆਦਾ ਇਨਕਾਰ ਦੀ ਗੁੰਜਾਇਸ਼ ਨਹੀਂ ਜੋ ਤੂੰ ਅਬਾਸ ਦਾ ਸ਼ਗਿਰਦ ਹੈ, ਖਤ ਮੈਂ ਕੋ ਦਿੱਤਾ ਹੀ ਹੁਸੈਨ, ਚੌਥੇ ਤਿੱਬੇ ਤੇ ਤੇਰਾ ਉਸਤਾਦ ਗਾਜ਼ੀ ਮੈਂ ਕੋ ਗਿਣ ਗਿਆ। ਸਹੀ ਦੀ ਗੱਲ ਤੇ ਹੱਥ ਰੱਖ ਕੇ ਮੇਰੀ ਗੱਲ ਸੁਣ, ਤੇਰੇ ਉਸਤਾਦ ਕੋ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਮੈਂ ਰੋਂਦਾ ਦਿੱਤਾ ਹੈ, ਮੈਂ ਕੋ ਆਖਿਆ ਤਾਂ ਮੇਰੇ ਸ਼ਗਿਰਦ ਕੋ ਆਖੇ ਆਵੇ ਨਾ ਆਵੇ ਤੇਰੀ ਮਰਜ਼ੀ, ਖਤ ਬਾਜ਼ਾਰ ਵਿੱਚ ਖੋਲੇ ਨਹੀਂ, ਆਵੇ ਨਾ ਆਵੇ ਤੇਰੀ ਮਰਜ਼ੀ, ਖਤ ਬਾਜ਼ਾਰ ਵਿੱਚ ਖੋਲੇ ਨਹੀਂ। ਸਈਦ ਖਤ ਲੈ ਕੇ ਅੰਦਰ ਗਿਆ,
ماں پوچھا بیٹا صحیح در تے کون آئی دھی منجلا جد نالا دے اماں قاصد آئی کہندا حسین بادشاہ دا تو سرو پیو صحیح دماغ خوش ہو کے آدھی چڑھ پیو سپوتر جوانی جتھا جتھا حسین دے منن والے ہیں اکبر دی شادی دی تاں گھر کہ کوئی میں نہ بھی آدھی بھولے سی نہیں کری اس کو آ گئے نقاص زندگی اچ پہلی دفعہ مرشد حسین دا قاص سڈے در تے پانی پوچھئی ماں دے پاس دے کیا دے ماشاءاللہ اکبر دے بابے دو خیر ہوے میں پانی دا نا چیندا امی او روندا اے اما جانے دا مینوں خط ملا میرا ہاں لے گئے اما میرا دل کردا میں دیواراں تے ٹکر مارا اما کرسی تے بے میں تینوں حسین بادشاہ دا خط سناوا اما کرسی تے بے میں تینوں مرشد حسین دا حال دیوا خط سناوا تے اپنے بہت پیارے بھائی نوں ممبر دے مدینہ مددا تھوڑی دیر خط نہ کھولے میں تیری ویڑ سدینی صحیح دماغ والی بجدی ودی اکل مار کے آدھی جلدی آ جلدی آؤ مت قاسم دے سیراں دی اطلاع ہوے مادی نہ میرے لال کوئی عام کھاتے جلدی کر پہلے وضو کرا وت خط کو ہات نہ ہوے سعید وضو کرا اے بھڑی رہندیاں پیاں پہلی ستر تے نگاہ پئیے امامے دے پیٹ کھل کے گل جا گئے نا مادی لال روندا وے نا اے سیندا کچھ نہ اے اکل مار کے آندا اے سید اٹھاویر جب دا وطن چھوڑایا نے ترائی شبان دا مکے اٹھ دے لائی دے بد ویرام دوڑایا نے نو دا مصر مارا نے دو دا کربلا زمین میں ملک دیم جگیر دا بینا ماں اکبر دینا چھینی دی دی رائی دریا دی گندی دکھے میں بڑھائے دے سات دی شام دا پانی باندے تر لکھیا سمائے بہو وڈا غریبا کل پیشی دائیں تری انتظار کرے سا ویسے غریب دعا کرے سی ناظر زینب دا بیرا دعا کرے سی سید خط بند کر کے دلن لگائے وڈی بھین دا من جن پائے اکل مار گیا دیے سید خط بند نہ کر پائے پاس دے کوئی گل لکھی ہوئی ہے اللہ گواہ سید پاسا پترائے دے موت ماتم کرنا شروع کی دائے بن ریا دیے سید روم دا وائنائے دا سیدہ کھوڑنے اکل مار گیا کربلا دیا ماواں دا حوصلہ دے کھا دیے کیوں کھڑا ہے آدھا کی کرا دیے تیاری کر کربلا وان آدھا اما ویندان جدنا لکت کرائی ہوں دے کلو اجازت گندا دیا میں ڈالا اجازت میں گھندے لیا اگم آئے پیچھے سیدے پیچھے درائے بھینی تے موت مادن بدری سعید رونا نٹھائے پلان چھوڑائے مٹی دیے یہ کل مار گیا دیے سعید کے ہویا شادی دے خر جو ہے میں بیو دے بھرام تو گناہ رے ساؤنا نہ دیتا میں بے وارس نہ گھوڑا منگا مدینے گھر جو جتنا مالک سے علی دی دھی تو دن گناہ رے سا سعید زیادہ رونا شروع کی دے بدری آن دیے سعید میں علی دی دھی دا ناچے دیا تو رونا کیوں میں اکل مار کے اللہ گواہ دد سر جھکایا سادیے تو آگے میں کوماں تو سردار ہے میں کنیز مدبانا گزارے شیل تمائل تجائے سیدہ دمانگا دیا ماما میں گڑے روار میں گڑے تلوار میں گڑے سیدہ دا کن میں نیا دیے کربلا سیدہ دا اجازت منگن آیا دیے نال جلسا سیدان دا بندو کیا دی ناروا سن دی پیامی پڑھدا پیامی اکلا نہیں او بی بی نالے تو زین تو قربانو زین مدارا دیا دیا دی رلے
اللہ گواہ ہے نوکر کو حکم دیتا گھوڑا منگایا زین ٹھائی اس بنری کبیل بلایا سماں تے بھنی دا سلام سفر جاری بیٹھیاں میری ماواں تے بہناں روشنی سہی تئی دی کرے سرماں دے فطرہ دا تکال ہے پتر سفر پہ ویندو وے ماں امام زامن بنسی اللہ میٹ گھر ویسی قرآن دی زیارت بارگاہ دی زیارت ماں صدقے دے سی اللہ گواہ ہے سید ٹرن لگا ہے ماں کان ڈٹھی ہے رو رو گیا دی کھڑی ہے شالہ غازی تو پہلے لاوے بیڑیاں دیاں کھڑیاں نشان علی اکبر تو پہلے مریوے میرے تے سوال کرو کہلے بسرا چھوڑا دا محرم دی راو دا پہلا پا رہا جہلے بسرا چھوڑا کم وقت لوگ حسین کو چھوڑ کے بٹر دین بختارا حسین تو بٹر دے لوگ ٹرد رہے سعید سفر جدا دی رات گزر دی رہی سعید سفر جدا محرم دی رات ڈھل پئی ڈھلن تو بعد دم پئی حسین دے یوسف تو چھوڑے زندگی دی آخری ادا کی سعید سفر ہاشم جو پہلا پہلا شہید علی اکبر اکبر کو لوٹایا سعید سفر بھیڑ دی نسل مگ پئی سعید سفر تو پیر ڈھل گئے بازو کٹی گئے مار مگ گئے غازی لائے گئے سعید سفر میرے دل سوال کرو کہلے کربلا پہنچائے اللہ گواہ پیش دیا دا نہ مل دیا پہیا ہے جہلے سعید کربلا دی دھرتی دے پہلا قدم رکھا سعیدہ دا پتا نہیں کوئی نہیں بارش کوئی نہیں کڑ پس دی وہ دی حکل مار گیا دا بنری پیاس لگی ہے پانی پیما وہاں بک لگی ہے کھانا کھما وہاں تھک بہیے چھاند سائی گنا وہاں حکل مار گیا دیے سعید نہ پیاسے نہ بھوکے نہ تھک بہیا جتنا بھر سکتے گھوڑا تیر بھرا سن دا وانا وار پہیا دیا لوگوں اللہ اللہ اللہ